ਸਿੱਖ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਰਨਵੀਰ ਸਿੰਘ ਤੁਹਾਡਾ ਸਾਡੇ ਪ੍ਰੋਗਰਾਮ ਵੱਡਾ ਪਰਦਾ ਵਿੱਚ ਨਿੱਘਾ ਸਵਾਗਤ ਕਰਦਾ। ਤੇ ਜੀ ਅੱਜ ਗੱਲ ਕਰਦੇ ਹਾਂ ਨਵੀਂ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਡਾਕੂਆਂ ਦੇ ਮੁੰਡੇ ਦੀ। ਹਰ ਕਹਾਣੀ 'ਚ ਇੱਕ ਨਾਇਕ ਹੁੰਦਾ ਹੈ ਤੇ ਇੱਕ ਖਲਨਾਇਕ, ਪਰ ਮੇਰੀ ਕਹਾਣੀ ਥੋੜ੍ਹੀ ਵੱਖਰੀ ਆ। ਇਹਦਾ ਨਾਇਕ ਵੀ ਮੈਂ ਹਾਂ ਤੇ ਖਲਨਾਇਕ ਵੀ। ਰੁਪਿੰਦਰ ਗਾਂਧੀ ਫਸਟ ਅਤੇ ਸੈਕਿੰਡ ਤੋਂ ਬਾਅਦ ਦੇਵ ਖਰੌੜ ਦੀ ਇਹ ਫਿਲਮ ਡਾਕੂਆਂ ਦਾ ਮੁੰਡਾ ਪਿੰਡ ਗੁਰੂਸਰ ਯੋਧਾ ਜ਼ਿਲ੍ਹਾ ਮੁਕਤਸਰ ਦੇ ਨੌਜਵਾਨ ਬਲਜਿੰਦਰ ਸਿੰਘ ਔਰ ਮਿੰਟੂ ਗੁਰੂਸਰੀਆ ਦੀ ਅਸਲ ਜ਼ਿੰਦਗੀ ਦੇ ਆਧਾਰ ਤੇ। ਇਸ ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਕਬੱਡੀ ਖਿਡਾਰੀ ਨਸ਼ੇ ਦੇ ਵਿੱਚ ਗਲਤਾਨ ਹੋ ਜਾਂਦਾ ਅਤੇ ਫਿਰ ਕਿੰਝ ਬੁਰਾਈਆਂ ਨੂੰ ਹਰਾ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ। ਜਨਮ ਤਾਂ ਮੇਰਾ ਨਸ਼ੇ ਦੀ ਦੁਨੀਆ 'ਚ ਹੀ ਹੋਇਆ ਸੀ, ਪਰ ਇਸ ਦੁਨੀਆ ਨਾਲ ਮੇਰੀ ਪੱਕੀ ਆੜੀ ਕਾਲਜ ਦੇ ਯਾਰਾਂ ਨੇ ਪਵਾਈ। ਆਪਣੀ ਸੂਬੇ ਕਿਆ ਨਾ ਲੜਾਈ ਰਹਿਣ ਦੇ ਮਿੰਟੂ, ਐ ਕਿਵੇਂ ਛੱਡਦਾ? ਸਾਲਾ ਜਣਾ ਖਣਾ ਹੀ ਕਲਾਮੇ ਨੂੰ ਹੱਥ ਪਾਉਣ ਲੱਗ ਗਿਆ, ਕੱਲ ਨੂੰ ਕੋਈ ਹੋਰ ਪਾਉ। ਜੇ ਲੜਦਾ ਨਹੀਂ ਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਡਰਪੋਕ ਆ। ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਜਿਹੜੇ ਨੌਜਵਾਨ ਨੇ ਉਹ ਕਾਲਜਾਂ ਵਿੱਚ ਪੜ੍ਹਦੇ ਨੇ ਅਤੇ ਨਸ਼ੇ ਦੇ ਆਦੀ ਹੋ ਜਾਂਦੇ ਨੇ ਅਤੇ ਫਿਰ ਰਾਜਨੀਤਿਕ ਬੰਦਿਆਂ ਦੁਆਰਾ ਉਹਨਾਂ ਨੂੰ ਮੋਹਰੇ ਦੇ ਰੂਪ ਵਿੱਚ ਵਰਤਿਆ ਜਾਂਦਾ ਅਤੇ ਉਹਨਾਂ ਤੋਂ ਜਿਹੜਾ ਸਿਆਸੀ ਕੰਮ ਲਿਆ ਜਾਂਦਾ। ਉਹ ਤਾਂ ਸੁਰਗੀ ਆ, ਇੱਥੇ ਤਾਂ ਸਾਰੀਆਂ ਪਿੰਡ ਵਾਲੀਆਂ। ਉਹ ਤਾਂ ਚੱਲਿਆ ਸੀ ਪਿੰਡ ਦੇ ਟੋਭੇ 'ਚ ਵੜਨ, ਲਿਆਂਦਾ ਨਾ ਫਿਰ ਬੀਜ ਤੇ। ਇਸ ਦੁਨੀਆਂ ਵਿੱਚ ਯਾਰ ਵੀ ਪੱਕੇ ਮਿਲਦੇ ਆ ਤੇ ਦੁਸ਼ਮਣ ਵੀ। ਦੁਸ਼ਮਣਾਂ ਦੀ ਦੁਸ਼ਮਣੀ ਕਿਸੇ ਆਮ ਖਾਸ ਨਾਲ ਨਹੀਂ, ਡਾਕੂਆਂ ਦੇ ਮੁੰਡੇ ਨਾਲ ਸੀ। ਫਿਲਮ ਦੇ ਵਿੱਚ ਜਿੱਥੇ ਐਕਸ਼ਨ ਹੈ ਉੱਥੇ ਇੱਕ ਪਿਆਰ ਦੀ ਕਹਾਣੀ ਨੂੰ ਵੀ ਬਿਆਨ ਕੀਤਾ ਗਿਆ ਕਿ ਕਿਵੇਂ ਨਸ਼ੇ ਦੀ ਵਜ੍ਹਾ ਕਰਕੇ ਜ਼ਿੰਦਗੀ ਅਤੇ ਦਿਲ ਦੇ ਰਿਸ਼ਤੇ ਟਿੜਕ ਜਾਂਦੇ ਨੇ। ਓਏ ਕਿਹੜੀ ਦੁਨੀਆ 'ਚ ਖੋ ਗਿਆ ਹੁਣ? ਦੁਨੀਆ ਤਾਂ ਹੁਣ ਲੱਭੀ ਆ। ਹੋ ਪਤਲੇ ਆ ਗੱਭਰੂ ਨੂੰ ਤੂੰ ਮਰ ਜਾਣੀਏ, ਪੌਰ ਤੇਰੇ ਉੱਤੇ ਲਾਉਂਦਾ ਗੇੜੇ ਫੁੱਲਾਂ ਦੀ ਟਾਣੀਏ, ਵੀ ਕਰਤੀ ਦੀਵਾਨੀ ਵੇ ਤੂੰ ਕੁੜੀ ਪੱਟ ਹੋਣਿਆ, ਲੱਗੇ ਜਾਨੋ ਪਿਆਰਾ ਹੁਣ ਤੱਤੜੀ ਨੂੰ ਸੁਣਿਆ। ਇਸ ਤੋਂ ਇਲਾਵਾ ਫਿਲਮ ਦੇ ਵਿੱਚ ਉਹਨਾਂ ਪਰਿਵਾਰਾਂ ਅਤੇ ਉਹਨਾਂ ਮਾਵਾਂ ਦੇ ਦੁੱਖ ਨੂੰ ਵੀ ਦਿਖਾਇਆ ਗਿਆ ਜਿਨ੍ਹਾਂ ਦੇ ਪੁੱਤ ਨਸ਼ੇ ਦੇ ਆਦੀ ਹੋ ਜਾਂਦੇ ਨੇ ਅਤੇ ਮਾਵਾਂ ਅਤੇ ਪਰਿਵਾਰਾਂ ਨੂੰ ਹੀ ਪੈਸੇ ਖਰਚ ਕੇ ਆਪਣੇ ਪੁੱਤਰ ਦੇ ਲਈ ਨਸ਼ਾ ਖਰੀਦਣਾ ਪੈਂਦਾ। ਲੈ ਬਾਪੂ ਦਵਾਈ ਲੈ। ਦਵਾਈਆਂ ਨਾਲ ਕੁਛ ਨਹੀਂ ਬਣਨਾ, ਮੈਨੂੰ ਤਾਂ ਨਸ਼ਾ ਲਿਆ ਦੇ ਪੁੱਤ। ਤੇਰੀ ਮਾਂ ਕਿਸੇ ਦੇ ਘਰ ਦਾਲ ਦੀ ਕੌਲੀ ਨਹੀਂ ਮੰਗਣ ਗਈ ਤੇ ਤੂੰ ਮੈਨੂੰ ਨਸ਼ੇ ਵਿੰਕਣ ਲਾਤਾ, ਕਿਉਂ ਘਰ ਨੂੰ ਪੱਟਣ ਲੱਗਿਆ? ਅੰਮਾ ਬੱਚੀ ਹੈ, ਇਹਨੂੰ ਵੀ ਵੇਚ ਕੇ ਖਾਜੀ। ਪੱਤਰਕਾਰੀ ਤੇ ਸਾਹਿਤ ਨਾਲ ਜੁੜੇ ਮਿੰਟੂ ਗੁਰੂਸਰੀਆ ਵੱਲੋਂ ਆਪਣੀ ਜ਼ਿੰਦਗੀ ਉੱਤੇ ਲਿਖੀ ਕਿਤਾਬ ਡਾਕੂਆਂ ਦਾ ਮੁੰਡਾ ਪਹਿਲਾਂ ਰਿਲੀਜ਼ ਕੀਤੀ ਜਾ ਚੁੱਕੀ ਹੈ ਅਤੇ ਜਿਸ ਨੇ ਪੜ੍ਹੀ ਹੋਵੇਗੀ ਉਹ ਉਹਨਾਂ ਦੀ ਜ਼ਿੰਦਗੀ ਤੋਂ ਵਾਕਿਫ ਹੋਵੇਗਾ, ਪਰ ਇਸ ਫਿਲਮ ਦੇ ਵਿੱਚ ਇਸ ਕੈਮਰੇ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਵੱਖਰੇ ਢੰਗ ਨਾਲ ਕੈਦ ਕੀਤਾ ਗਿਆ। ਅੰਬਰਾਂ ਨੂੰ ਟਾਕੀ ਆਪ ਲੱਗ ਜੂ, ਗੁੱਡੀ ਕਿਹੜਾ ਝਾੜ ਕਹੇ ਤਾਂ ਵੇਖੋ, ਅੰਬਰਾਂ ਨੂੰ ਟਾਕੀ ਆਪ ਲੱਗ ਜੂ, ਗੁੱਡੀ ਕਿਹੜਾ ਝਾੜ ਕਹੇ ਤਾਂ ਵੇਖੋ, ਪੀੜਾਂ ਜ਼ਖਮਾਂ ਨਾ ਬਾਅਦ ਚ ਨਿਬੇੜਾਂਗੇ, ਇੱਕ ਵਾਰੀ ਕੰਡਿਆਂ ਨਾ ਖਹਿ ਕੇ ਵੇਖਣਾ ਹੋ ਆਪਾਂ ਜ਼ਿੰਦਗੀ ਨੂੰ, ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਹੋ ਆਪਾਂ ਜ਼ਿੰਦਗੀ ਨੂੰ, ਜ਼ਿੰਦਗੀ ਨੂੰ ਖਾ ਕੇ ਉੱਤੇ ਬਹਿ ਕੇ ਵੇਖਣਾ ਹੋ ਆਪਾਂ ਜ਼ਿੰਦਗੀ ਨੂੰ। ਮਨਦੀਪ ਬੈਨੀਪਾਲ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਦੇ ਵਿੱਚ ਦੇਵ ਖਰੌੜ, ਕੁਲਜਿੰਦਰ ਸਿੱਧੂ, ਪੂਜਾ ਵਰਮਾ, ਸੁਖਦੀਪ ਸੋਕਾ ਤੇ ਅਨੀਤਾ ਮੀਤ ਤੋਂ ਇਲਾਵਾ ਹੋਰ ਕਈ ਅਦਾਕਾਰਾਂ ਨੇ ਵੀ ਕਿਰਦਾਰ ਨਿਭਾਏ ਨੇ। ਬਾਕੀ ਤਾਂ ਜੀ ਫਿਲਮ ਦੇਖ ਕੇ ਪਤਾ ਲੱਗਿਆ ਕਿ ਫਿਲਮ ਨਸ਼ਿਆਂ ਦੇ ਖਿਲਾਫ ਜਿਹੜਾ ਹੋਕਾ ਕਿਵੇਂ ਦੇ ਰਹੀ ਹੈ ਅਤੇ ਲੋਕ ਇਸ ਫਿਲਮ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਅਤੇ ਦਰਸ਼ਕਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਅਤੇ ਕਿਵੇਂ ਦੇ ਜਿਹੜੇ ਰਿਵਿਊ ਇਸ ਫਿਲਮ ਨੂੰ ਮਿਲ ਰਹੇ ਨੇ ਇਹ ਜਾਣਨ ਲਈ ਆਪਾਂ ਚੱਲਦੇ ਹਾਂ ਸਿਨੇਮਾ ਘਰਾਂ ਦੇ ਬਾਹਰ ਅਤੇ ਜਾਣਦੇ ਹਾਂ ਕਿ ਦਰਸ਼ਕ 10 ਵਿੱਚੋਂ ਇਸ ਫਿਲਮ ਨੂੰ ਕਿੰਨੇ ਨੰਬਰ ਦੇ ਰਹੇ ਨੇ। ਸਾਡੇ ਬਾਂਗੂ ਸਾਡੀ ਆਣੀ ਬਲੈਕ ਲਿਸਟਡ ਕਾਰਾਂ ਨੇ,
ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਕਿੱਦਾਂ ਲੱਗੀ ਫਿਰ ਮੂਵੀ ਵਧੀਆ ਸੀਗੀ ਵੀਰ ਜੀ ਖਾਸ ਕੀ ਲੱਗਿਆ ਨਸ਼ੇ ਪ੍ਰੇਰਿਤ ਕਰਦੀ ਹੈ ਜਿਹੜੇ ਨਸ਼ੇ ਵਾਲੇ ਮੁੰਡੇ ਆ ਉਹਨਾਂ ਵਾਸਤੇ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਸਿੱਖ ਮਿਲੀ ਵੀ ਹੈ ਬੰਦੇ ਨੇ ਕਿੱਕਣ ਆਪਣੀ ਜ਼ਿੰਦਗੀ ਸੁਧਾਰੀ ਹੈ ਬਾਈ ਚੱਲਦੇ ਇੰਨੇ ਨਸ਼ੇ ਚੱਲਦੇ ਯਾਰ ਪਿੰਡਾਂ ਵਾਂ ਸਾਰੇ ਹੀ ਪੁਲਿਸ ਵਾਲੇ ਵੀ ਇੰਨੋ ਕਰਦੇ ਆ ਸਾਰੇ ਕੀਤੀ ਇੰਨੋ ਹੁੰਦਾ ਹਾਂਜੀ ਵੀਰ ਜੀ ਕਿੱਦਾਂ ਲੱਗੀ ਫਿਲਮ ਫਿਰ ਬਹੁਤ 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 ਅੱਛੀ ਵੀਰੇ ਬਹੁਤ ਅੱਛੀ ਬਹੁਤ ਅੱਛੀ ਖਾਸ ਕੀ ਲੱਗਿਆ ਖਾਸ ਇੱਕੋ ਹੀ ਚੀਜ਼ ਜੀ ਬਸ ਨਸ਼ਿਆਂ ਦੇ ਖਿਲਾਫ਼ ਆ ਮੂਵੀ ਸੋ ਨਸ਼ਿਆਂ ਦੇ ਖਿਲਾਫ਼ ਜੋ ਵੀ ਚੀਜ਼ ਹੁੰਦੀ ਵਧੀਆ ਹੀ ਹੁੰਦੀ ਹੈ ਤੁਸੀਂ ਦੇਖੋ ਜੀ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਦੀ ਆਪਣੀ ਸਾਰੀ ਨਸ਼ਿਆਂ ਵੱਲ ਜਾ ਰਹੀ ਹੈ ਮੋਟੀਵੇਸ਼ਨਲ ਮੂਵੀ ਹੈ ਡਰੱਗਸ ਦੇ ਰਿਲੇਟਡ ਹੈ ਕਿਵੇਂ ਬੰਦਾ ਡਰੱਗਸ ਛੱਡਦਾ ਵਧੀਆ ਮੂਵੀ ਹੈ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਭਾਜੀ ਬਹੁਤ ਵਧੀਆ ਸਿੱਖ ਮਿਲੇਗੀ ਜ਼ਿੰਦਗੀ ਨਸ਼ਿਆਂ 'ਚ ਕੁਛ ਨਹੀਂ ਹੈਗਾ ਭਾਜੀ ਜਿਹੜੀ ਫਿਲਮ ਬਣਦੀ ਜਦੋਂ ਕਮੇਡੀ 'ਤੇ ਨੇ ਜਾਂ ਵਿਆਹਾਂ ਬੂਹੇ ਦੇ ਅਰਥ ਹੁੰਦੀਆਂ ਇਹ ਸਟੋਰੀ ਥੋੜ੍ਹੀ ਜਿਹੀ ਹਟ ਕੇ ਆ ਕਈ ਵਾਰ ਡਰ ਲੱਗਦਾ ਵੀ ਮੈਨੂੰ ਆਡੀਅੰਸ ਮਿਲੂਗੀ ਜਾਂ ਨਹੀਂ ਮਿਲੂਗੀ ਤਾਂ ਤੁਹਾਨੂੰ ਕਿੱਦਾਂ ਲੱਗਦਾ ਵੀ ਨਹੀਂ ਨਹੀਂ ਆਡੀਅੰਸ ਬਹੁਤ ਮਿਲੂਗੀ ਮੂਵੀ ਮੇਰੇ ਵੱਲੋਂ ਦੇਖੋ ਜੀ ਇਹ ਆਪਣੀ ਆਪਣੀ ਸੋਚ ਹੈ ਨਾ ਜੀ ਜਿੱਦਾਂ ਦੀ ਬੰਦੇ ਦੀ ਸੋਚ ਹੁੰਦੀ ਹੈ ਜਿਹੜੇ ਨਸ਼ਿਆਂ ਦੇ ਖਿਲਾਫ਼ ਨੇ ਉਹਨਾਂ ਨੂੰ ਤਾਂ ਬਹੁਤ ਅੱਛੀ ਲੱਗੂਗੀ ਕਿਉਂਕਿ ਐਵੇਂ ਦੀ ਮੂਵੀ ਆਉਣੀ ਚਾਹੀਦੀ ਚਾਹੀਦੀ ਹੈ ਮੈਸੇਜ ਦੇ ਰਹੀ ਹੈ ਵੀ ਕਿੱਦਾਂ ਜਿਵੇਂ ਮਿੱਟੂ ਗਰੇਸਰ ਦੀ ਜ਼ਿੰਦਗੀ ਦੇ ਆਧਾਰ 'ਤੇ ਵੀ ਕਿੱਦਾਂ ਉਹਨੇ ਨਸ਼ਾ ਛੱਡ ਕੇ ਜਿਹੜੀ ਆਪਣੀ ਲਾਈਫ ਨੂੰ ਸੇਧ ਦਿੱਤੀ ਆ ਕਿਵੇਂ ਤੁਸੀਂ ਦੇਖੋਗੇ ਦੀ ਕਹਾਣੀ ਨੂੰ ਬਹੁਤ ਵਧੀਆ ਕਹਾਣੀ ਹੈ ਸਿੱਖਣਾ ਚਾਹੀਦਾ ਸਭ ਨੂੰ ਦੇਖਣੀ ਚਾਹੀਦੀ ਹੈ ਜ਼ਰੂਰ ਮੈਸੇਜ ਆ ਰਿਹਾ ਵੀ ਜਿੱਦਾਂ ਨਸ਼ਿਆਂ ਤੋਂ ਬਚੋ ਕਿ ਮਤਲਬ ਵਧੀਆ ਕਰੋ ਕਿ ਨਸ਼ਾ ਤਾਂ ਰਹਿਣਾ ਨਹੀਂ ਚਾਹੀਦਾ ਬੰਦੇ ਨੂੰ ਕਿ ਉਦੋਂ ਨਿਕਲਣਾ ਚਾਹੀਦਾ ਲਾਈਫ ਵਿੱਚ ਦਰਸ਼ਕਾਂ ਨੂੰ ਵੀ ਦੇਖਣੀ ਚਾਹੀਦੀ ਆ ਹਾਂ ਹਾਂ ਜ਼ਰੂਰ ਦੇਖੋ ਜ਼ਰੂਰ ਦੇਖ ਕੇ ਆਓ ਇੱਕ ਵਾਰੀ ਮਿੰਟੂ ਗੁਰੂਸਰੇ ਦੀ ਜਿਹੜੀ ਰੀਅਲ ਲਾਈਫ 'ਤੇ ਫਿਲਮ ਆ ਤਾਂ ਕਿੱਦਾਂ ਥੋੜ੍ਹੀ ਉਹਨਾਂ ਨੂੰ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਕਿੱਦਾਂ ਲੱਗੀ ਬਹੁਤ ਵਧੀਆ ਜ਼ਿੰਦਗੀ ਆ ਬੰਦੇ ਨੇ ਸੰਘਰਸ਼ ਕੀਤਾ ਬਾਈ ਜਿੱਤ ਕੀਤੀ ਆ ਰੀਅਲ ਦਾ ਹੀਰੋ ਆ ਯਾਰ ਅਤੇ ਜਿਵੇਂ ਅੱਜ ਕੱਲ੍ਹ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਕੀ ਇਹ ਫਿਲਮ ਤੋਂ ਨੌਜਵਾਨ ਨੂੰ ਸੇਧ ਮਿਲੂਗੀ ਸੇਧ ਮਿਲੂ ਪੂਰੇ ਪੂਰੀ ਮਿੰਟੂ ਗੁਰੂਸਰ ਜਿਹੜੀ ਉਹਨਾਂ ਦੀ ਲਾਈਫ ਹੈ ਉਹ ਲੋਕਾਂ ਨੂੰ ਕੀ ਮੈਸੇਜ ਦਿੰਦੀ ਆ ਫਿਰ ਇਹ ਬਹੁਤ ਵਧੀਆ ਜੀ ਜਿਹੜਾ ਬੰਦਾ ਨਸ਼ੇ ਦੀ ਦਲਦਲ 'ਚ ਫਸ ਜਾਂਦਾ ਉਸ ਤੋਂ ਬਾਅਦ ਜਦੋਂ ਨਸ਼ਾ ਛੱਡਦਾ ਤਾਂ ਇੱਕ ਵਧੀਆ ਹੀ ਹੁੰਦਾ ਤੁਸੀਂ ਆਪ ਦੇਖ ਲਓ ਜੀ ਮੈਂ ਤਾਂ ਚਾਹੁੰਦਾ ਪਹਿਲੀ ਗੱਲ ਕੋਈ ਨਸ਼ਾ ਕਰੇ ਨਾ ਠੀਕ ਹੈ ਜੀ ਕਰਦਾ ਤਾਂ ਫਿਰ ਛੱਡ ਜਾਵੇ ਤਾਂ ਉਹਦੇ ਵਰਗੀ ਕੋਈ ਗੱਲ ਹੀ ਨਹੀਂ ਇੱਕ ਤਾਂ ਇੱਕ ਫਿਲਮ ਹੁੰਦੀ ਆ ਜਿਹੜੀ ਕਹਾਣੀ ਆਪ ਕਲਪਨਾ ਕੀਤੀ ਹੁੰਦੀ ਆ ਬਟ ਇਹ ਰੀਅਲ ਜ਼ਿੰਦਗੀ ਦੇ ਆਧਾਰ 'ਤੇ ਫਿਰ ਉਹ ਤੁਹਾਨੂੰ ਜੋ ਬੰਦੇ ਦੀ ਜਿਹੜੀ ਕਹਾਣੀ ਲੱਗੀ ਕਿੱਦਾਂ ਲੱਗਿਆ ਬਾਈ ਬਹੁਤ ਵਧੀਆ ਵੀਰ ਯਾਰ ਨਜ਼ਾਰਾ ਆ ਗਿਆ ਫਿਲਮ ਦੇਖ ਕੇ ਬਹੁਤ ਸਿੱਖਿਆ ਮਿਲੀ ਯਾਰ ਬਾਕੀ ਸਾਰਿਆਂ ਨੂੰ ਫਿਲਮ ਜਿਹੜੀ ਦੇਖਣੀ ਚਾਹੀਦੀ ਸਾਰਿਆਂ ਨੂੰ ਦੇਖਣੀ ਚਾਹੀਦੀ ਵੱਧ ਦੇ ਵੱਧ ਬਾਈ ਬਹੁਤ ਕੁਝ ਪਤਾ ਲੱਗਦਾ ਦੱਸ ਵਿੱਚੋਂ ਕਿੰਨੇ ਨੰਬਰ ਫੁੱਲ ਬਾਈ ਫੁੱਲ ਖਿੱਚ ਕੇ ਜਾ NSY ਸਪੋਰਟ ਕਰੋ ਦੱਸ ਵਿੱਚੋਂ ਕਿੰਨੇ ਨੰਬਰ ਦੋਗੇ ਦੱਸ ਵਿੱਚੋਂ 5 ਦੱਸ ਵਿੱਚੋਂ 10 10 ਵਿੱਚੋਂ ਕਿੰਨੇ ਨੰਬਰ ਹੈਗੇ 9 ਤਾਂ ਵੱਧੇ ਆ ਤੇ ਕਿੰਨੇ ਨੰਬਰ ਦੋਗੇ ਦੱਸ 5 ਸਟਾਰ ਹੈ ਬਾਈ 10 ਵਿੱਚੋਂ ਕਿੰਨੇ ਨੰਬਰ ਫਿਰ ਦੋਗੇ ਨੇ ਬਾਈ 10 ਵਿੱਚੋਂ 10 ਤੇ ਵੈਸੇ ਵੀ ਪੜਨ ਆਉਣੇ ਹੋ ਕਿ ਫਿਲਮਾਂ ਦੇਖਣ ਆਉਣੇ ਘਰ ਵਾਲੇ ਨੇ ਤਾਂ ਪੜਨ ਭੇਜਿਆ ਵੇਖਦੇ ਫਿਲਮਾਂ ਨੇ ਤੇ 10 ਵਿੱਚੋਂ ਫਿਰ ਕਿੰਨੇ ਨੰਬਰ ਦਸਾਂ ਜੋ 10 ਹੀ ਨੰਬਰ ਆ ਤੇ ਫਿਰ ਦਰਸ਼ਕਾਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਹਾਂ ਜ਼ਰੂਰ 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 ਸਾਰੇ ਦੇਖੋ ਇਹ ਖਾਸ ਕਰਕੇ ਨੌਜਵਾਨ ਮੁੰਡਿਆਂ ਨੂੰ ਦੇਖਣੀ ਚਾਹੀਦੀ ਹੈ ਜਿਹੜੇ ਅੱਜ ਕੱਲ੍ਹ ਦੇ ਸਟੂਡੈਂਟ ਨੇ ਜਿਹੜੇ ਨਵੇਂ ਨਵੇਂ ਵਿਚਾਰੇ ਮੇਰੇ ਵਰਗੇ ਜਵਾਨੀ 'ਚ ਪੈਰ ਧਰਦੇ ਨੇ ਉਹਨਾਂ ਨੂੰ ਦੇਖਣੀ ਤਾਂ ਬਹੁਤ ਜ਼ਰੂਰੀ ਹੈ ਇਹ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ 10 ਦੇ ਵਿੱਚੋਂ 10 ਨੰਬਰ ਇਸ ਫਿਲਮ ਨੂੰ ਮਿਲ ਰਹੇ ਨੇ ਦਰਸ਼ਕਾਂ ਮੈਂ ਕਹਿੰਦਾ ਕਿ ਫਿਲਮ ਦੇ ਵਿੱਚ ਜਿਹੜੀ ਇਹ ਅਸਲ ਸਟੋਰੀ ਮਿੰਟੂ ਗੁਰੂਸਰੀ ਦੀ ਜ਼ਿੰਦਗੀ 'ਤੇ ਆ ਉਸ ਤੋਂ ਅੱਜ ਦੇ ਨੌਜਵਾਨਾਂ ਨੂੰ ਜੋ ਨਸ਼ੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਬਹੁਤ ਵਧੀਆ ਸੇਧ ਮਿਲਦੀ ਹੈ ਯਾਨੀ ਕਿ ਪੂਰੀ ਤਰ੍ਹਾਂ ਇਸ ਫਿਲਮ ਨੂੰ ਸਲਾਇਆ ਜਾ ਰਿਹਾ ਕਿ ਇੱਕ ਬਹੁਤ ਵਧੀਆ ਜਿਹੜਾ ਸੁਨੇਹਾ ਦਿੰਦੀ ਹੈ ਪੰਜਾਬ ਦੀ ਜਵਾਨੀ ਨੂੰ ਕਿ ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਇਸੇ ਤਰ੍ਹਾਂ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਨਵੇਂ ਮੂਵੀ ਰਿਵਿਊ ਦੇ ਨਾਲ ਜਦ ਤੱਕ ਸਾਨੂੰ ਦੇ ਇਜਾਜ਼ਤ ਤੇ ਤੁਸੀਂ ਦੇਖ ਰਹੇ ਹੋ ਸਿੱਕੇ ਵੀ ਸਤਿ ਸ਼੍ਰੀ ਅਕਾਲ